ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੱਡੀ ਅਪਡੇਟ। ਸਕੂਲਾਂ 'ਚ 4 ਛੁੱਟੀਆਂ ਵਧੀਆਂ, ਵਿਭਾਗ ਵੱਲੋਂ ਨੋਟਿਸ ਕੀਤਾ ਜਾਰੀ, ਇਹਨਾਂ ਦਿਨ ਸਕੂਲ ਰਹਿਣਗੇ ਬੰਦ। ਕੀ ਆ ਪੂਰੀ ਅਪਡੇਟ, ਆਓ ਜਾਂਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ। ਤਾਂ ਚਲੋ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੀ ਅਪਡੇਟ ਦੇ ਉੱਪਰ। ਸਿੱਖਿਆ ਵਿਭਾਗ ਨੇ ਸਕੂਲਾਂ 'ਚ ਵਧਾਈਆਂ 4 ਛੁੱਟੀਆਂ, ਪੜ੍ਹੋ ਨੋਟੀਫਿਕੇਸ਼ਨ। ਹਰਿਆਣਾ ਸਿੱਖਿਆ ਵਿਭਾਗ ਨੇ ਸਾਲਾਨਾ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਦੱਸਿਆ ਗਿਆ ਕਿ ਸੂਬੇ ਦੇ ਸਕੂਲ 4 ਲੋਕਲ ਛੁੱਟੀਆਂ ਜਿਸ ਦੇ ਵਿੱਚ ਵਧਾਈਆਂ ਗਈਆਂ ਹਨ, ਹੁਣ ਕਿਹੜੇ ਕਿਹੜੇ ਦਿਨ ਛੁੱਟੀਆਂ ਰਹਿਣਗੀਆਂ, ਆਓ ਜਾਂਦੇ ਹਾਂ ਇਸ ਵੀਡੀਓ ਦੁਆਰਾ। ਹੁਣ ਹਰਿਆਲੀ ਤੀਜ, ਛੋਟੀ ਦੀਵਾਲੀ, ਬੁੱਧ ਪੂਰਨਿਮਾ ਅਤੇ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਨ ਦੇ ਸੂਬੇ 'ਚ ਛੁੱਟੀਆਂ ਰਹਿਣਗੀਆਂ। ਸਕੂਲ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰਦਿਆਂ ਦੱਸਿਆ ਗਿਆ ਹੈ, ਔਰ ਇਸ ਦੇ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਵੱਲੋਂ, ਜਿਸ ਦੇ ਵਿੱਚ ਦੇਖ ਸਕਦੇ ਹੋ 4 ਛੁੱਟੀਆਂ ਦੇ ਵੇਰਵਾ ਦੱਸਿਆ ਗਿਆ। ਬੁੱਧਾ ਪੂਰਨਿਮਾ ਜਿਹੜੀ ਕਿ 23 ਮਈ 2024 ਨੂੰ ਮਨਾਈ ਜਾਵੇਗੀ, ਹਰਿਆਲੀ 23 ਸਤੰਬਰ ਨੂੰ ਮਨਾਈ ਜਾਏਗੀ। ਇਸ ਤੋਂ ਇਲਾਵਾ ਛੋਟੀ ਦੀਵਾਲੀ 31 ਅਕਤੂਬਰ ਨੂੰ ਮਨਾਈ ਜਾਵੇਗੀ ਅਤੇ ਸ਼ਹੀਦ ਊਧਮ ਸਿੰਘ ਦੀ ਜਯੰਤੀ 26 ਦਸੰਬਰ ਨੂੰ ਮਨਾਈ ਜਾਏਗੀ। ਤਾਂ ਇਹਨਾਂ 4 ਦਿਨਾਂ ਦੇ ਵਿੱਚ ਹਰਿਆਣਾ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ, ਜੋ ਕਿ ਹਰਿਆਣਾ ਸਿੱਖਿਆ ਬੋਰਡ ਦੇ ਵੱਲੋਂ ਹੁਕਮ ਜਾਰੀ ਕੀਤੇ ਗਿਆ। ਤਾਂ ਇਹ ਅੱਜ ਦੀ ਵੱਡੀ ਅਪਡੇਟ ਸੀ। ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ। ਹੋਰ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਧੰਨਵਾਦ।